ਹਾਂਜੀ ਤਾਂ ਕੀ ਹਾਲ ਚਾਲ ਆ ਸਾਰਿਆਂ ਦੇ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਮੋਟੀਵੇਸ਼ਨਲ ਚਲੋ ਜਿਵੇਂ ਮਰਜ਼ੀ ਕਰ ਲੋ ਮੈਂ ਕਿਹਾ ਸ਼ੇਅਰ ਕਰ ਦਿਆਂ ਤੇ ਆਪਾਂ ਜਿਵੇਂ ਅਕਸਰ ਇਹ ਕਹਿ ਦਿੰਦੇ ਹਾਂ ਨਾ ਮੈਂ ਸੋਹਣਾ ਨਹੀਂ ਜਾਂ ਕਿਸੇ ਕੋਲ ਬਾਹਲੇ ਪੈਸੇ ਆ ਰੱਬ ਨੇ ਉਹਨੂੰ ਬਾਹਲਾ ਸੋਹਣਾ ਬਣਾਤਾ ਮੈਂ ਗਰੀਬ ਆ ਮੇਰੇ ਕੋਲ ਆ ਨਹੀਂ ਮੇਰੇ ਕੋਲ ਆ ਨਹੀਂ ਹੈਨਾ ਆਪਾਂ ਅਕਸਰ ਇਹ ਗੱਲਾਂ ਕਰਦੇ ਆ ਪਰ ਰੱਬ ਜਿੱਥੇ ਰੱਖਦਾ ਜਿਹਨੂੰ ਜਿੱਥੇ ਰੱਖਦਾ ਉਹਦੀ ਮਰਜ਼ੀ ਹੁੰਦੀ ਆ ਉਹਨੇ ਜਿਵੇਂ ਕਰਨੀਆਂ ਉਮੀ ਕਰਨੀ ਬੰਦਾ ਕੁਝ ਨਹੀਂ ਕਰ ਸਕਦਾ ਇਦਾਂ ਹੀ ਕਾਂ ਬੈਠਾ ਹੁੰਦਾ ਜਦ ਰਾਸਤੇ ਤੇ ਕਾਂ ਬੈਠਾ ਰੋ ਰਿਹਾ ਹੁੰਦਾ ਉਹ ਸਾਬਦੂ ਮਹਾਤਮਾ ਲੰਗਦੇ ਆ ਉਹ ਵਹੀਦੇ ਆ ਹਨਾ ਵੀ ਕਾਂ ਰੁਈ ਜਾਂਦਾ ਤੇ ਕਾਂ ਨੂੰ ਪੁੱਛਦੇ ਵੀ ਤੈਨੂੰ ਕੀ ਤਕਲੀਫ ਆ ਤਾਂ ਕਾਂ ਕਹਿੰਦਾ ਵੀ ਤਕਲੀਫ ਤਾਂ ਮੈਨੂੰ ਇਹ ਹੀ ਆ ਵੀ ਮੇਰਾ ਰੰਗ ਕਾਲਾ ਕੋਈ ਮੇਰੀ ਆਵਾਜ਼ ਨਹੀਂ ਕੋਈ ਮੈਨੂੰ ਪਣੇਰੇ ਦੇਣੀ ਬਹਿਣ ਦਿੰਦਾ ਜਿੱਤੇ ਜਾਨਾ ਮਰੇ ਰੋੜੇ ਵਜਦੇ ਆ ਬਾਕੀ ਕੋਈ ਸਰਾਦ ਮੈਨੂੰ ਲੋਕੀ ਖਵਾਉਂਦੇ ਆ ਮਰਿਆਂ ਪਿੱਛੋਂ ਮੈਨੂੰ ਯਾਦ ਕਰਦੇ ਆ ਜਿਉਂਦਾ ਮੈਨੂੰ ਕੋਈ ਯਾਦ ਨਹੀਂ ਕਰਦਾ ਤਾਂ ਸਾਧੂ ਕਹਿੰਦਾ ਵੀ ਹੁਣ ਤੂੰ ਕੀ ਚਾਹੁੰਦਾ ਉਹ ਕਹਿੰਦਾ ਵੀ ਮੈਂ ਕੀ ਚਾਹੁੰਦਾ ਵੀ ਮੈਨੂੰ ਐਂ ਕਰੋ ਵੀ ਮੈਨੂੰ ਨਾ ਹੰਸ ਬਣਾ ਦੋ ਵੀ ਹੰਸ ਕਿੰਨਾ ਸੋਹਣਾ ਵਾ ਪੰਛੀ ਹੈ ਨਾ ਮੈਨੂੰ ਹੰਸ ਬਣਾ ਦੋ ਤਾਂ ਮਹਾਰਾਜ ਕਹਿੰਦੇ ਵੀ ਠੀਕ ਆ ਹੰਸ ਬਣਾ ਦਿੰਨੇ ਆ ਇਦਾਂ ਕਰ ਵੀ ਕਿ ਰਹਾ ਹੰਸ ਨੂੰ ਮਿਲ ਕੇ ਆ ਜਿਹੜਿਆ ਕਰ ਤੂੰ ਬੰਨਾ ਉਹਨੂੰ ਮਿਲ ਕੇ ਦਾ ਤਾਂ ਬੜੇ ਚਾਣਾ ਜਾਂਦਾ ਤੇ ਜਾਂਦਾ ਜਾ ਕੇ ਮਿਲਦਾ ਵਿਹਾਂਸ ਕਿੱਦਾਂ ਬਾਈ ਹੈਨਾ ਤਾਂ ਉਹ ਕਹਿੰਦਾ ਆ ਜਾ ਭਰਾਵਾ ਉਹ ਕਹਿੰਦਾ ਕਾਂ ਕਹਿੰਦਾ ਵੀ ਤੈਨੂੰ ਤਾਂ ਮੋਬ ਜਾ ਕਿੰਨਾ ਸੋਹਣਾ ਚਿੱਟਾ ਰੰਗ ਆ ਤੇਰਾ ਪਾਣੀ ਚ ਫਰਦਾ ਮੋਤੀ ਚੋਗਦਾ ਤੇਰੀਆਂ ਤਾਂ ਟੌਹਾਂ ਹੀ ਹੋਰ ਆ ਤਾਂ ਉਹ ਕਹਿੰਦਾ ਕਾਹਦੀਆਂ ਟੌਹਾਂ ਯਾਰ ਮੈਂ ਤਾਂ ਬਹੁਤ ਦੁਖੀ ਹਾਂ ਤਾਂ ਕਾਂ ਹੈਰਾਨ ਹੋ ਕੇ ਪੁੱਛਦਾ ਕਹਿੰਦਾ ਯਾਰ ਤੂੰ ਕਾਹਤੋਂ ਦੁਖੀ ਆ ਤੇ ਤੂੰ ਤੂੰ ਵੀ ਦੁਖੀ ਆ ਮੈਂ ਸੋਚਿਆ ਵੀ ਮੈਂ ਹੀ ਦੁਖੀ ਹਾਂ ਤੂੰ ਤੇ ਕਿੰਨਾ ਸੋਹਣਾ ਆ ਕਿੰਨਾ ਤੇਰਾ ਸੋਹਣਾ ਰੰਗ ਆ ਤਾਉ ਕਹਿੰਦਾ ਵੀ ਕਾਹਦਾ ਸੋਹਣਾ ਰੰਗ ਆ ਚਿੱਟਾ ਰੰਗ ਆ ਮੌਤ ਤੋਂ ਬਾਅਦ ਆਲਾ ਇਹ ਲੋਕੀ ਕਫਨ ਲੈਂਦੇ ਆ ਉਹ ਰੰਗ ਆ ਮੇਰਾ ਕੋਈ ਇਹਦੇ 'ਚ ਕੋਈ ਖੁਸ਼ਹਾਲੀ ਨਹੀਂ ਫਿੱਕਾ ਯਾ ਰੰਗ ਆ ਪਾਣੀ 'ਚ ਫਿਰਦਾ ਰਹਿਣਾ ਲੱਤਾਂ ਮਾਰਦਾ ਲੋਕੀ ਮੇਰੀ ਫੋਟੋ ਫੋਟੋ ਖਿੱਚਦੇ ਆ ਹਨਾ ਫੋਟੋ 'ਚ ਮਝ ਆਉਂਦਾ ਨਹੀਂ ਨਾ ਪਤਾ ਲੱਗਦਾ ਪਾਣੀ ਕਿਹੜਾ ਵਾ ਹਾਂਸ ਕਿਹੜਾ ਵਾ ਵੀ ਮੇਰਾ ਕੋਈ ਰੰਗ ਸੋਹਣਾ ਨਹੀਂ ਮੇਰੀ ਕੋਈ ਜ਼ਿੰਦਗੀ ਆ ਤਾਉ ਕਹਿੰਦਾ ਅੱਛਾ ਯਾਰ ਤੋ ਕਹਿੰਦਾ ਫੇਰ ਤੂੰ ਕੀ ਬਨਣਾ ਚਾਹੁੰਦਾ ਉਹ ਕਹਿੰਦਾ ਮੈਂ ਬਨਣਾ ਚਾਹੁੰਨਾ ਤੋਤਾ ਉਹ ਕਹਿੰਦਾ ਠੀਕ ਤਾਂ ਉਹਨੂੰ ਨਾਲ ਲਿਆਉਂਦਾ ਦੋਨੇ ਆ ਜਾਂਦੇ ਆ ਉਹ ਕਹਿੰਦੇ ਹਾਂ ਜੀ ਆ ਆ ਕੇ ਦੋਨੇ ਤੋ ਕਹਿੰਦਾ ਵੀ ਤੋਤਾ ਬਨਣਾ ਸਾਊ ਕਹਿੰਦਾ ਠੀਕ ਆ ਤੋਤਾ ਤੁਹਾਨੂੰ ਬਣਾ ਦੂੰ ਤੋਨਾਂ ਨੂੰ ਤੋਤੇ ਕੋਲੇ ਜਾਓ ਉਹਨੂੰ ਪੁੱਛੋ ਕੀ ਗੱਲ ਬਾਤ ਹੈਣਾ ਤਾਂ ਉਹ ਕਹਿੰਦੇ ਵੀ ਤੋਤਾ ਤਾਂ ਵਧੀਆ ਪੰਛੀ ਆ ਹੈਨਾ ਹਰਿਆ ਭਰਿਆ ਤੇ ਚਲੋ ਜੀ ਉਹਦੇ ਕੋਲੇ ਚਲੇ ਜਾਂਦੇ ਆ ਤੋਤੇ ਕੋਲੇ ਤੋਤਨ ਕਹਿੰਦੇ ਕਿਵੇਂ ਆ ਕੀ ਹਾਲ ਆ ਕਾਂਗਾਂ ਦਾ ਕਿਵੇਂ ਆ ਮਿੱਠੂ RAM ਉਹ ਕਹਿੰਦਾ ਕਾਹਦਾ ਯਾਰ ਮਿੱਠੂ RAM ਉਹ ਕਹਿੰਦਾ ਵੀ ਕੀ ਗੱਲ ਹੋ ਗਈ ਉਹ ਕਹਿੰਦਾ ਕੋਈ ਮੇਰਾ ਪਹਿਲਾਂ ਦਾ ਮੇਰਾ ਰੰਗ ਵੀ ਖਾਰਾ ਮੈਂ ਦਰਾਖਤਾਂ ਤੇ ਬੈਠਾ ਨਹੀਂ ਦਿੰਦਾ ਤੁਸੀਂ ਵੀ ਮੇਰੇ ਕੋਲ ਦੀ ਚਾਰ ਪੰਜ ਗੇੜੇ ਲਾ ਗਏ ਤੁਹਾਨੂੰ ਮੈਂ ਦੱਸਿਆ ਨਹੀਂ ਤੁਹਾਨੂੰ ਮੈਂ ਹੁਣ ਲੱਭਿਆ ਉਹ ਕਹਿੰਦੇ ਅੱਛਾ ਯਾਰ ਉਹ ਕਹਿੰਦੇ ਹੋਰ ਕੀ ਆ ਕਹ ਕਿਆ ਕਰੀ ਜਾਂਦਾ ਮੈਂ ਉਈ ਕੌਜ ਖਵਾ ਦਿੰਦਾ ਕੋਈ ਕੌਜ ਖਵਾ ਦਿੰਦਾ ਉਹ ਤਾਂ ਗੱਲ ਠੀਕ ਆ ਪਰ ਹਰ ਰੰਗ ਮੈਂ ਤਾਂ ਅੱਕਿਆਂ ਪਿਆ ਰੰਗ ਤੋਂ ਵੀ ਆਪਾਂ ਹੁਣ ਕੀ ਉਹ ਕਹਿੰਦਾ ਵੀ ਇਹ ਤਾਂ ਗੱਲ ਜਿਹੜੀ ਠੀਕ ਆ ਵੀ ਹੁਣ ਉਹ ਕਹਿੰਦਾ ਵੀ ਸਾਰਿਆਂ ਤੋਂ ਸੋਹਣਾ ਪੰਛੀ ਹੁੰਦਾ ਮੋਰ ਆਪਾਂ ਬਣੀਏ ਮੋਰ ਉਹ ਕਹਿੰਦਾ ਵੀ ਠੀਕ ਆ ਮੋਰ ਵਾਲਾ ਕੰਮ ਠੀਕ ਆ ਮੋਰ ਬਣੀਏ ਤਾਂ ਜਿੰਨੇ ਦੇ ਵੀ ਚੱਲੋ ਉਹਨਾਂ ਨੂੰ ਲੈ ਜਾਂਦਾ ਨਾਲ ਵੀ ਚੱਲਿਆ ਮੋਰ ਕੋਲ ਚਾਲਦੇ ਆ ਆਹ ਸਾਧੂ ਕੋਲ ਚਾਲਦੇ ਆ ਸਾਧੂ ਨੂੰ ਦੱਸ ਦੇ ਜਾ ਕੇ ਵੀ ਐ ਕਰਕੇ ਵੀ ਅਸੀਂ ਮੋਰ ਬੰਨ ਸਾਉਦਾਂ ਦਾ ਮੋਰ ਕੋਲੇ ਵੀ ਜਾਇਆ ਉਹ ਥੋੜੀ ਇਹ ਵੀ ਹਨਾ ਨਿਕਲ ਜੂ ਗੱਲਬਾਤ ਜਲਦੀ ਪੜਾਸ ਜਦੋਂ ਮੋਰ ਕੋਲੇ ਜਾਂਦੇ ਆ ਵਿਚਾਰੇ ਕੋਲੇ ਵੀ ਤੂੰ ਕਿੰਨੀ ਸੋਹਣੀ ਪਹਿਲ ਪਾਉਣਾ ਵਾ ਜਦੋਂ ਬੱਦਾ ਲਾਉਂਦਾ ਵਾ ਤੂੰ ਨੱਚਦਾ ਵਾ ਤੂੰ ਕਿੰਨਾ ਸੋਹਣਾ ਲੱਗਦਾ ਵੀ ਤੇਰੀਆਂ ਤਾਂ ਕਿਆ ਬਾਤਾਂ ਨੈਸ਼ਨਲ ਵਾਰਡਾਂ ਤੂੰ ਹਨਾ ਉਹ ਕੰਦਾ ਯਾਰ ਕਾਦਾ ਵਾ ਮੈਂ ਮੋਰ ਬਈ ਤੁਸੀਂ ਤਾਂ ਪਤੰਦਰ ਰੋਡ ਲਾਈਨੇ ਆ ਹਾਂ ਸਪਾਣੀ ਚ ਰਹਿੰਦਾ ਕਹਿੰਦਾ ਮੈਂ ਤਾਂ ਆਪੀ ਤੇ ਰਹਿਨਾ ਮੈਂ 100 ਮੈਨੂੰ ਮੁਸ਼ਕਲ ਨਾ ਮੋੜਾਂ ਮੈਥੋਂ ਜਾਂਦਾ ਨਹੀਂ ਭਾਰਾ ਮੈਨੂੰ ਇੰਨਾ ਕੀਤਾ ਕਿੱਡੇ ਕਿੱਡੇ ਮੇਰੇ ਖੰਭ ਲਾਤੇ ਰੱਬ ਨੇ ਉਹ ਕਹਿੰਦੇ ਯਾਰ ਕਿੰਨੇ ਸੋਹਣੇ ਖੰਭ ਆ ਤੇਰੇ ਕਿੰਨੇ ਹੋਣ ਤੂੰ ਪਹਿਲ ਪਾਉਣਾ ਉਹ ਕਹਿੰਦਾ ਪਹਿਲ ਪਾਉਂਦੇ ਵੇਖਿਆ ਇਹ ਵੇਖਿਆ ਮੈਂ ਪਿੱਛੋਂ ਨੰਗਾ ਹੋ ਜਾਣਾ ਜਦੋਂ ਪਹਿਲ ਪਾਉਂਦਾ ਮੈਨੂੰ ਸ਼ਰਮ ਆਉਂਦੀ ਆ ਮੈਨੂੰ ਤੁਸੀਂ ਸਮਝ ਜੋ ਬਈ ਪਹਿਲ ਤਾਂ ਚੱਲ ਮੈਂ ਪਾ ਲਈ ਨਾ ਵੀ ਮਗਰੋਂ ਤਾਂ ਬਿਸ਼ਰਮ ਹੀ ਹੁੰਨਾ ਗੱਲ ਮੁੱਕੀ ਉਹ ਕਹਿੰਦੇ ਅੱਛਾ ਹੁਣ ਫਿਰ ਉਹ ਗੱਲਾਂបੱਤਾਂ ਕਰਦੇ ਆ ਗੱਲਾਂ ਬਾਤਾਂ ਕਰਕੇ ਬਾਅਦ ਚ ਉਹ ਕਹਿੰਦਾ ਬਈ ਚੱਪ ਕਰੋ ਵੀ ਲੁਕੋ ਮੜਾ ਜਾ ਤੇ ਲੋਕਦੇ ਆ ਉਹ ਕਹਿੰਦਾ ਆਵਾਜ਼ ਸੁਣੋ ਮੋਰ ਕਹਿੰਦਾ ਆਉਂਦੀ ਹੈਗਾ ਫੇਦੀ ਉਹ ਕਹਿੰਦੇ ਹਾਂ ਆਵਾਜ਼ ਤਾਂ ਹੁੰਦੀ ਆ ਉਹ ਕਹਿੰਦਾ ਬਈ ਬੋਲੀ ਹੋਣਾ ਉਹ ਕਹਿੰਦੇ ਠੀਕ ਤੇ ਉਹ ਲੋਕੇ ਜੇ ਬੈਠੇ ਰਹਿੰਦੇ ਆ ਉਹ ਆਵਾਜ਼ ਨੇੜੇ ਆਉਂਦੀ ਜਾਂਦੀ ਆ ਤੇ ਜਦੋਂ ਨੇੜੇ ਆਉਂਦੀ ਜਾਂਦੀ ਉਹ ਕਹਿੰਦੇ ਵੀ ਇਹ ਆਵਾਜ਼ ਹੈ ਕਾ ਉਹ ਕਹਿੰਦੇ ਸ਼ਿਕਾਰੀ ਦੀ ਹੈ ਕਦਮਾਂ ਦੀ ਆਵਾਜ਼ ਆ ਸ਼ିକਾਰੀ ਮੈਨੂੰ ਲੱਭਦਾ ਫਿਰਦਾ ਹੋਊਗਾ ਰਫਲ ਚੱਕੀ ਵੀਰੇ ਮੈਂ ਮਾਰਾਂ ਗੋਲੀ ਤੇ ਤੇ ਖੰਭ ਲੈ ਜਾ ਖੰਭ ਵਿੱਚਾਂ ਬਾਅਦ ਚ ਮੈਂ ਤਾਂ ਬਹੁਤ ਦੁਖੀ ਆ ਜਾਨ ਬਚਾਉਂਦਾ ਫਿਰਦਾ ਅੰਤਰਾਸ਼ਟਰੀ ਤੇ ਮੈਂ ਚੜ੍ਹ ਨਹੀਂ ਸਕਦਾ ਧਰਤੀ ਤੇ ਮੈਂ ਰਹਿ ਨਹੀਂ ਸਕਦਾ ਸੋ ਇਦਾਂ ਵਾ ਵੀ ਬੰਦਾ ਜਿੱਥੇ ਰੱਬ ਰੱਖਦਾ ਨਾ ਬੰਦੇ ਨੂੰ ਉੱਥੇ ਆਪਾਂ ਨੂੰ ਰਹਿਣਾ ਚਾਹੀਦਾ ਕਿਤੇ ਚ ਨੌਕਸ ਨਹੀਂ ਕੱਢਣੇ ਚਾਹੀਦੇ ਰੰਗ ਰੂਪ ਸਭ ਰੱਬ ਨੇ ਦਿੱਤਾ ਆਪਾਂ ਨੂੰ ਰੱਬ ਦਾ ਸ਼ੁਕਰ ਕਰੋ ਵੀ ਹੱਥ ਪੈਰ ਪੂਰੇ ਆ ਯੀ ਤੇ ਹੈ ਨਹੀਂ ਕਿ ਉਹ ਉਹ ਵੇਖੋ ਕਿੰਨਾ ਔਖਾ ਹੋਊਗਾ ਇੱਕ ਦੂਜੇ ਨੂੰ ਲੱਗਦਾ ਵਾ ਵੀ ਫਲਾਨਾ ਸੌਖਾ ਫਲਾਨਾ ਸੌਖਾ ਸਾਰੇ ਆਪਦੀ ਆਪਦੀ ਕੱਟੀ ਜਾਂਦੇ ਆ ਆਪਦੀ ਆਪਦੀ ਜਗ੍ਹਾ ਤੇ ਸਹੀ ਆ ਠੀਕ ਆ ਕੋਈ ਕਿਸੇ ਨਾਲ ਭੇਦ ਭਾਵ ਨਾ ਕਰੋ ਤੇ ਰੱਬ ਨੂੰ ਕੋਈ ਲਾਂਭਾ ਨਾ ਦਿਓ ਕਿ ਮੈਨੂੰ ਗੋਰਾ ਨਹੀਂ ਮੈਂ ਕਾਲਾ ਮੈਂ ਛੋਟਾ ਵਾਂ ਹਨਾ ਮੈਂ ਬਾਹਲਾ ਲੰਮੇ ਗਲੱਤਾਂ ਵਾਲੀਆਂ ਵੱਡੀਆਂ ਸੋ ਜਿੱਥੇ ਰੱਬ ਰੱਖਦਾ ਜਿਵੇਂ ਰੱਖਦਾ ਉਹ ਸਹੀ ਰੱਖਦਾ ਤਾਂ ਕਿਵੇਂ ਲੱਗੀ ਕਹਾਣੀ ਤੇ ਕਮੈਂਟ ਕਰਕੇ ਤੁਸੀਂਓ ਤੇ ਲਾਈਕ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਵੀ ਕਰਿਓ ਜੇ ਚੰਗੀ ਲੱਗੀ ਤਾਂ ਤਾਂ ਮਿਲਦੇ ਆਂ ਆਪਾਂ ਫੇਰ ਅਗਲੀ ਵੀਡੀਓ 'ਚ ਧੰਨਵਾਦ ਵੇਖਣ ਦੇ